ਪੰਜਾਬ ਦੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਹਿਰੂ ਯੂਵਾ ਕੇਂਦਰ ਸੰਗਠਨ ਵੱਲੋਂ ਰਾਸ਼ਟਰੀ ਇਕਤਾ ਦਿਵਸ ਦਾ ਸੰਬੰਧਿਤ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਲੜੀ ਵਿੱਚ ਰਨ ਫਾਰ ਯੂਨਿਟੀ ਦੌੜ ਵੀ ਕਰਵਾਈ ਗਈ ਮਾਨਸਾ ਵਿਖੇ ਹੋਈ ਅਜੀਕ ਸਮਾਗਮ ਵਿੱਚ ਜ਼ਿਲ੍ਹੇ ਦੇ 200 ਤੋਂ ਵੱਧ ਯੂਥ ਕਲੱਬਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ ਇਹਨਾਂ ਸਾਰਿਆਂ ਨੇ ਕੌਮੀ ਇਕਤਾ ਬਣਾਈ ਰੱਖਣ ਦੀ ਸੌਂ ਚੁੱਕਦਿਆਂ ਸਰਦਾਰ ਵੱਲਭਾਈ ਪਟੇਲ ਦੇ ਆਦਰਸ਼ਾਂ ਤੇ ਚੱਲਣ ਦਾ ਸੰਕਲਪ ਲਿਆ ਕੌਮੀ ਯੁਵਾ ਦੌੜ ਨੂੰ ਐਡੀਸੀ ਵਿਕਾਸ ਟੀਪੰਿਤ ਨੇ ਮਾਈ ਭਾਗੋ ਕਾਲਜ ਡਰੱਲਾ ਤੋਂ ਹਰੀ ਚੰਡੀ ਦਿਖਾਈ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀ ਸੰਦੀਪ ਕੰਡ ਸਮੇਤ ਹੋਰ ਮੋਹਤਬਰ ਇਸ ਮੌਕੇ ਮੌਜੂਦ ਰਹੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੌਮੀ ਇਕਤਾ ਦਿਵਸ ਸੰਬੰਧੀ ਪਾਸ਼ਣ ਲੇਖ ਗੀਤ ਅਤੇ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ ਜੇਤੂਆਂ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ